ਫਗਵਾੜਾ ਪੁਲਿਸ ਨੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ। ਪੁਲਿਸ ਨੇ ਹਥਿਆਰਾਂ ਦੇ ਨਾਲ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਪਲਾਸਟਿਕ ਦੇ ਡੱਬੇ 'ਚ ਬੰਦ ਇਹਨਾਂ ਖਤਰਨਾਕ ਹਥਿਆਰਾਂ ਨੂੰ ਦੇਖੋ। ਇੱਕ 32 ਬੋਰ ਦਾ ਰਿਵਾਲਵਰ ਹੈ ਤੇ ਦੂਜਾ 315 ਬੋਰ ਦਾ ਦੇਸੀ ਕੱਟ ਹੈ। ਇਹ ਹਥਿਆਰ ਉਹਨਾਂ ਗੈਂਗਸਟਰਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਨੂੰ ਫਗਵਾੜਾ ਪੁਲਿਸ ਨੇ ਮੈਂਟਾ ਪੁਲ ਦੇ ਕੋਲ ਨਾਕੇਬੰਦੀ ਕਰਕੇ ਫੜਿਆ। ਪੁਲਿਸ ਦੀ ਗ੍ਰਿਫਤ 'ਚ ਆਏ ਇਹ ਗੈਂਗਸਟਰ ਇਹਨਾਂ ਹਥਿਆਰਾਂ ਦੇ ਨਾਲ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਪਲੈਨਿੰਗ ਕਰ ਰਹੇ ਸੀ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਨਵਜੋਤ ਸਿੰਘ ਉਰਫ ਮਨੀ ਬਾਬਾ ਤੇ ਕਰਨ ਕੁਮਾਰ ਦੇ ਵਜੋਂ ਹੋਈ ਹੈ। ਹੁਣ ਅਸੀਂ ਇਹ ਦੋ ਬੰਦੇ ਰਾਊਂਡ ਅਪ ਕੀਤੇ, ਇੱਕ ਹੈਗਾ ਨਵਜੋਤ ਏਲੀਅਸ ਮਨੀ ਬਾਬਾ, ਦੂਜਾ ਹੈਗਾ ਕਰਨ ਸਨਾ ਅਸ਼ੋਕ ਕੁਮਾਰ। ਇਹ ਦੋਨੋਂ ਬੰਦੇ ਯੂਪੀ ਔਰ ਅਦਰ ਸਟੇਟ 'ਚ ਜਾ ਕੇ ਇਲੀਗਲ ਵੈਪਨਸ ਲੈ ਕੇ ਆ ਕੇ ਇੱਥੇ ਨਾ ਕੋਈ ਫਿਰੌਤੀ ਲੈ ਕੇ ਇੱਦਾਂ ਟਾਰਗੇਟ ਕਿਲਿੰਗ ਜਾਂ ਫਿਰ ਤੁਸੀਂ ਹਵਾਈ ਫਾਇਰਿੰਗ ਕਰਨਾ ਹੈ, ਆਪਸ ਦੇ ਗੈਂਗ ਵਾਰ ਕਰਕੇ ਆਪਣੇ ਕੋਲ ਇਲੀਗਲ ਵੈਪਨਸ ਪੋਜ਼ੈਸ ਕਰਦੇ ਹਾਂ। ਹੁਣ ਅਸੀਂ ਇਹਨਾਂ ਦੋ ਬੰਦੋਂ 'ਚੋਂ ਇੱਕ 32 ਬੋਰ ਪਿਸਟਲ ਨਾਲ 20 ਸਲਾਈਡ ਰਾਊਂਡ, ਇੱਕ 315 ਬੋਰ, ਇੱਕ ਸਵਿਫਟ ਗੱਡੀ ਜਿਹਦਾ ਨੰਬਰ ਹੈਗਾ PB10DT1242, ਇਹ ਜਿਹੜੀ ਇਹ ਕਾਰ ਹੈ ਇਹ ਵੀ ਵਾਰਦਾਤ ਵਾਸਤੇ ਇਸਤੇਮਾਲ ਕਰਦੇ ਹਾਂ। ਇਹਨਾਂ ਗੈਂਗਸਟਰਾਂ ਦਾ ਲੰਬਾ ਕ੍ਰਿਮੀਨਲ ਰਿਕਾਰਡ ਵੀ ਹੈ। ਇਹ ਫਿਰੌਤੀ ਤੋਂ ਲੈ ਕੇ ਟਾਰਗੇਟ ਕਿਲਿੰਗ, ਗੈਂਗਵਾਰ ਘਟਨਾਵਾਂ ਨੂੰ ਅੰਜਾਮ ਦੇ ਚੁੱਕੇ ਨੇ। ਪੁਲਿਸ ਨੂੰ ਕਾਫੀ ਲੰਮੇ ਸਮੇਂ ਤੋਂ ਇਹਨਾਂ ਦੀ ਭਾਲ ਸੀ, ਤਾਂ ਪੁਲਿਸ ਨੇ ਇਹਨਾਂ ਗੈਂਗਸਟਰਾਂ ਦੀ ਗ੍ਰਿਫਤਾਰੀ ਦੇ ਜ਼ਰੀਏ ਮੁਲਜ਼ਮਾਂ ਨੂੰ ਸਾਫ਼ ਸਾਫ਼ ਸੰਦੇਸ਼ ਦਿੱਤਾ ਕਿ ਸਾਜ਼ਿਸ਼ ਕਿੰਨੇ ਵੀ ਵੱਡੀ ਕਿਉਂ ਨਾ ਹੋਵੇ ਤੇ ਮੁਲਜ਼ਮ ਕਿੰਨਾ ਹੀ ਖਤਰਨਾਕ ਕਿਉਂ ਨਾ ਹੋਵੇ, ਪਰ ਉਹ ਪੁਲਿਸ ਦੇ ਹੱਥੋਂ ਨਹੀਂ ਬਚ ਸਕਦਾ। ਜਲੰਧਰ ਤੋਂ ਰਾਘਵ ਜੈਨ ਦੀ ਰਿਪੋਰਟ, ਨਿਊਜ਼ 18 ਪੰਜਾਬ। ਤੇ ਨਸ਼ੇੜੀਆਂ ਦੇ ਖਿਲਾਫ ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਖਾਲੀ ਮੈਦਾਨਾਂ ਨੂੰ ਅੱਡਾ ਬਣਾ ਰਹੇ 20 ਨਸ਼ੇੜੀਆਂ ਨੂੰ ਕਾਬੂ ਕੀਤਾ ਹੈ। ਜ਼ਮੀਨ ਤੇ ਡਿੱਗੇ ਖਾਲੀ ਇੰਜੈਕਸ਼ਨ ਤੇ ਮੋਬਾਈਲ ਦੀ ਟਾਰਚ ਜਲਾ ਕੇ ਸਰਚ 'ਚ ਜੁਟੀ ਹੋਈ ਪੁਲਿਸ ਦੀ ਟੀਮ। ਪੁਲਿਸ ਦੀ ਕਾਰਵਾਈ ਇਹ ਉਹਨਾਂ ਦੇ ਖਿਲਾਫ ਹੈ ਜਿਹੜੇ ਖਾਲੀ ਮੈਦਾਨਾਂ ਨੂੰ ਨਸ਼ੇ ਦਾ ਅੱਡਾ ਬਣਾਇਆ ਹੋਇਆ। ਕੰਨ ਦੇ ਕੋਲ ਨਸ਼ੇ 'ਚ ਝੂਲਦਾ ਇੱਕ ਨੌਜਵਾਨ ਦਿਖਾਈ ਦੇ ਰਿਹਾ। ਦਰਅਸਲ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੇ ਵਿੱਚ ਪੁਲਿਸ ਨੇ ਨਸ਼ੇੜੀਆਂ ਦੇ ਸ਼ਿਕੰਜਾ ਕੱਸਿਆ ਤੇ 20 ਨਸ਼ੇੜੀਆਂ ਨੂੰ ਹਿਰਾਸਤ 'ਚ ਲਿਆ। ਇੱਥੇ ਗਰਾਊਂਡ ਦੇ ਸਾਈਡ, ਮੜੀਆਂ ਵਾਲੀ ਸਾਈਡ 'ਤੇ ਕਾਫੀ ਮਤਲਬ ਜਿਹੜੇ ਨਸ਼ੇੜੀ ਵਗੈਰਾ ਬੈਠਦੇ ਸੀਗੇ ਰੇਲਵੇ ਲਾਈਨ 'ਤੇ ਵੀ, ਇਹਨਾਂ 'ਤੇ ਅੱਜ ਅਸੀਂ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਆਪਰੇਸ਼ਨ ਕੀਤਾ। ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਨਸ਼ਾ ਛੁਡਾਓ ਕੇਂਦਰ ਤੋਂ ਮਿਲ ਰਹੀਆਂ ਦਵਾਈਆਂ ਨੂੰ ਨਸ਼ੇ ਦੇ ਲਈ ਵਰਤ ਰਹੇ ਸਨ। ਸੋਸ਼ਲ ਮੀਡੀਆ 'ਤੇ ਨਸ਼ੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ। ਇਹਦੇ ਵਿੱਚ ਜਿਹੜੇ 'ਤੇ ਇਨੋਸੈਂਟ ਸੀਗੇ ਉਹਨਾਂ ਨੂੰ ਆਪਾਂ ਪੁੱਛਗਿੱਛ ਕਰਕੇ ਛੱਡ ਦਿੱਤਾ ਆ। ਜਿਹੜੇ ਕੋਈ ਤਿੰਨ ਚਾਰ ਕੁ ਬੰਦੇ ਜਿਹੜੇ ਆ ਉਹ ਸਾਡੇ ਕੋਲ ਉਹਨਾਂ ਦੀ ਤਫਤੀਸ਼ ਚੱਲਣ ਡਈ ਆ। ਜ਼ਿਕਰਯੋਗ ਹੈ ਕਿ ਇਲਾਕਾ ਨਿਵਾਸੀਆਂ ਦੇ ਵਿੱਚ ਵੱਧ ਰਹੇ ਨਸ਼ੇ ਨੂੰ ਲੈ ਕੇ ਰੋਸ ਸੀ, ਪੁਲਿਸ ਦੀ ਕਾਰਵਾਈ 'ਤੇ ਸਵਾਲ ਚੁੱਕੇ ਜਾ ਰਹੇ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਐਕਸ਼ਨ ਦਾ ਕਿੰਨਾ ਅਸਰ ਦਿਖਾਈ ਦਿੰਦਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਤਰਨ ਤਾਰਨ ਦੇ ਪਿੰਡ ਪੰਜਵੜ ਕਲਾਂ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਕੈਨੇਡਾ 'ਚ ਮੌਤ ਹੋ ਗਈ। ਮ੍ਰਿਤਕ ਸੁਬੇਗ ਸਿੰਘ 8 ਮਹੀਨੇ ਪਹਿਲਾਂ ਰੋਜ਼ਗਾਰ ਦੇ ਲਈ ਕੈਨੇਡਾ ਗਿਆ ਸੀ, ਇੱਕ ਹਾਦਸੇ 'ਚੋਂ ਆਪਣੀ ਜਾਨ ਗਵਾ ਬੈਠਾ। ਪੰਜਵੜ ਕਲਾਂ ਦੇ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲਾ ਇਹ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਮਾਂ ਤੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਪਹਿਲਾਂ ਹੀ ਕਰਜ਼ ਦੇ ਬੋਝ ਹੇਠਾਂ ਦੱਬਿਆ ਪਰਿਵਾਰ
ਉਸ ਵੇਲੇ ਹੋਰ ਗਮ ਦੇ ਵਿੱਚ ਡੁੱਬ ਗਿਆ ਜਦੋਂ ਉਹਨਾਂ ਨੂੰ ਫੋਨ ਤੇ ਆਪਣੇ ਬੇਟੇ ਦੀ ਮੌਤ ਦੀ ਖਬਰ ਮਿਲੀ। ਘਰ ਦੇ ਆਰਥਿਕ ਹਾਲਾਤ ਨੂੰ ਬਿਹਤਰ ਬਣਾਉਣ ਦੇ ਲਈ ਸੁਭੇਕ ਸਿੰਘ 8 ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਟਰੱਕ ਚਲਾਉਣ ਵਾਲਾ ਸੁਭੇਕ ਸਿੰਘ ਜਦੋਂ ਟਰੱਕ ਤੋਂ ਸਮਾਨ ਲਾ ਰਿਹਾ ਸੀ, ਉਸੇ ਵੇਲੇ ਬੈਲਟ ਟੁੱਟਣ ਕਰਕੇ ਟਰੱਕ ਵਿੱਚ ਰੱਖਿਆ ਸਮਾਨ ਉਸ ਤੇ ਡਿੱਗਿਆ ਅਤੇ ਉਸ ਦੀ ਮੌਤ ਹੋ ਗਈ। ਬੜਾ ਵੀਰ ਮੇਰਾ ਕਰਜ਼ਾ ਚੁੱਕ ਕੇ ਬਹੁਤ ਭੇਜਿਆ ਸੀ, ਔਖੇ ਹੋ ਗਏ ਆਪਣੇ ਬੇਟੇ ਨੂੰ ਬਾਹਰ ਭੇਜਿਆ ਵੀ ਚਲੋ ਸਾਡੇ ਘਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜੂਗਾ। ਅਜੇ 8 ਮਹੀਨੇ ਨਹੀਂ ਹੋਏ ਸਾਡੇ ਬੇਟੇ ਗਏ ਨੂੰ, ਬਿਲਕੁਲ ਉਹਦਾ ਲੇਟ ਲਾਇਸੈਂਸ ਬਣਿਆ ਸੀ, ਕੋਈ ਗੱਲ ਨਹੀਂ ਲੇਟ ਬਣ ਗਿਆ। ਅਜੇ ਥੋੜ੍ਹੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਮਿਲੀ, ਥੋੜ੍ਹੇ ਦਿਨ ਹੋਏ ਆ, ਬਸ ਉਹ ਲੋਟ ਲੈ ਕੇ ਜਾਣ ਡਿਆ, ਬੈਲਟਾਂ ਲੱਗ ਗਿਆ, ਬੈਲਟ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ੍ਹ ਗਈਆਂ, ਮਹਾਰਾਜ ਜਾਣਦਾ ਜਾਂ ਉਹ ਖੋਲ੍ਹਣ ਲੱਗਾ ਬੈਲਟਾਂ, ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਡਿੱਗ ਪਿਆ। ਭਾਈ ਨੂੰ ਕੈਨੇਡਾ ਘੱਲਿਆ ਸੀ ਵਰਕ ਵੀਜ਼ੇ ਦੇ, ਅਤੇ 8 ਕੁ ਮਹੀਨੇ ਹੈਗੇ ਆਉਣ ਵਾਲੇ, 7 ਮਹੀਨੇ ਲਾਇਸੈਂਸ ਬਣਿਆ ਉਹਨਾਂ ਦਾ, ਅਤੇ ਹੁਣ ਗੱਡੀ ਮਿਲੀ ਥੋੜ੍ਹੇ ਕੁ ਦਿਨ ਹੀ ਹੋਏ, ਹਾਲੇ 5-7 ਦਿਨ ਹੀ, ਅਤੇ ਲੋਡ ਲੈ ਕੇ ਆਇਆ ਅਤੇ ਬੈਲਟਾਂ ਬੁਲਟਾਂ ਕਿਤੇ ਖੋਲ੍ਹਣ ਲੈ, ਅਤੇ ਉਹ ਸਲੈਬਾਂ ਲੱਦੀਆਂ ਪੱਥਰ ਦੀਆਂ ਕਿਤੇ ਉੱਤੇ, ਮ੍ਰਿਤਕ ਸੁਭੇਕ ਸਿੰਘ ਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ। 33 ਸਾਲਾ ਸੁਭੇਕ ਸਿੰਘ ਦੀ ਇੱਕ ਧੀ ਵੀ ਹੈ। ਮੇਰੀ ਉਸ ਦਿਨ ਰਾਤ ਕੋਈ ਗੱਲ ਨਹੀਂ ਹੋਈ, ਮੈਂ ਸਾਰੀ ਰਾਤ ਫੋਨ ਦੇਖਦੀ ਰਹੀ, ਉਹਨੂੰ ਕੋਈ ਫੋਨ ਨਹੀਂ ਆਇਆ। ਕਿੰਨੇ ਦਿਨ ਪਹਿਲਾਂ ਤੁਹਾਨੂੰ ਫੋਨ ਆਇਆ? ਮੇਰੇ ਨਾਲ ਇੱਕ ਦਿਨ ਪਹਿਲਾਂ ਗੱਲ ਹੋਈ ਉਹਨਾਂ ਦੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਰਜ਼ਾ ਲੈ ਕੇ ਸੁਭੇਕ ਸਿੰਘ ਨੂੰ ਕੈਨੇਡਾ ਭੇਜਿਆ ਸੀ ਤਾਂ ਜੋ ਘਰ ਦੇ ਮਾਲੀ ਹਾਲਤ ਠੀਕ ਹੋ ਜਾਵੇ। ਮ੍ਰਿਤਕ ਸੁਭੇਕ ਸਿੰਘ ਦੇ ਪਰਿਵਾਰ ਵਿੱਚ ਹੁਣ ਉਸ ਦੇ ਬੁੱਢੇ ਮਾਪੇ, ਉਸ ਦੀ ਪਤਨੀ ਅਤੇ ਇੱਕ ਧੀ ਰਹਿ ਗਏ ਨੇ। ਤਰਨ ਤਾਰਨ ਤੋਂ ਸਿਧਾਰਥ ਅਰੋੜਾ ਦੀ ਰਿਪੋਰਟ, ਨਿਊਜ਼ 18 ਪੰਜਾਬ। ਤੇ ਹੁਣ ਗੱਲ ਉਸ ਸੁਪਨੇ ਦੀ ਜੋ ਇੱਕ ਜੋੜੇ ਨੇ ਦੇਖਿਆ ਤਾਂ ਮਿਲ ਕੇ, ਪਰ ਜਦੋਂ ਗੱਲ ਸੁਪਨਾ ਪੂਰਾ ਹੋਣ ਦੀ, ਖੁਸ਼ੀ ਵੰਡਣ ਦੀ ਆਈ ਤਾਂ ਇੱਕ ਨੇ ਕਿਸੇ ਹੋਰ ਦੇ ਨਾਲ ਨਵਾਂ ਸੁਪਨਾ ਸਜਾ ਲਿਆ ਤੇ ਦੂਜੇ ਦੇ ਹਿੱਸੇ ਆਈ ਬੇਵਫਾਈ। ਇਹ ਕਹਾਣੀ ਹਰਮਿੰਦਰ ਸਿੰਘ ਤੇ ਰਾਜਮੀਤ ਕੌਰ ਦੀ ਹੈ। ਕਰੀਬ 12 ਸਾਲ ਪਹਿਲਾਂ ਦੋਵਾਂ ਦਾ ਵਿਆਹ ਹੋਇਆ ਸੀ। ਰਾਜਮੀਤ ਨੇ ਵਿਦੇਸ਼ ਜਾ ਕੇ ਪੜ੍ਹਾਈ ਤੇ ਸੁਨਹਿਰੇ ਭਵਿੱਖ ਦਾ ਸੁਪਨਾ ਵੇਖਿਆ ਸੀ। ਵਿਆਹ ਹੁੰਦੇ ਹੀ ਰਾਜਮੀਤ ਦਾ ਸੁਪਨਾ ਹਰਮਿੰਦਰ ਦਾ ਆਪਣਾ ਸੁਪਨਾ ਬਣ ਗਿਆ ਤਾਂ ਹਰਮਿੰਦਰ ਨੇ ਉਸਦਾ ਸੁਪਨਾ ਪੂਰਾ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ। ਵਿਆਹ ਤੋਂ 3 ਮਹੀਨੇ ਬਾਅਦ ਹੀ ਰਾਜਮੀਤ ਨੂੰ ਪੜ੍ਹਾਈ ਦੇ ਲਈ ਉਸਨੇ ਕੈਨੇਡਾ ਭੇਜ ਦਿੱਤਾ। ਰਾਜਮੀਤ ਦੀ ਪੜ੍ਹਾਈ ਤੇ ਫੀਸ ਭਰਨ ਲਈ ਹਰਮਿੰਦਰ ਨੇ ਆਪਣੀ ਜ਼ਮੀਨ ਵੇਚ ਦਿੱਤੀ, ਪਰ ਹਰਮਿੰਦਰ ਨੂੰ ਉਸਦੇ ਪਿਆਰ ਦੇ ਬਦਲੇ ਸਿਰਫ ਧੋਖਾ ਮਿਲਿਆ। ਹਰਮਿੰਦਰ ਦੇ ਦੋਸਤ ਨੇ ਜਦ ਰਾਜਮੀਤ ਦੀ ਹਕੀਕਤ ਉਸਨੂੰ ਦੱਸੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਤੇ ਮੈਂ ਫਿਰ ਹੌਲੀ ਹੌਲੀ ਇੱਦਾਂ ਆਪਣੇ ਫਰੈਂਡਾਂ ਨੂੰ ਕਿਹਾ ਵੀ ਇੱਦਾਂ ਪਤਾ ਕਰੋ ਯਾਰ। ਉਹ ਕਹਿੰਦੇ, ਉਹਨਾਂ ਨੇ ਪਤਾ ਜਦੋਂ ਕੀਤਾ ਉਹ ਕਹਿੰਦੇ ਵੀ ਯਾਰ ਤੂੰ ਤੇ ਕਿਹੜੇ ਚੱਕਰ 'ਚ ਤੁਰਿਆ ਫਿਰਦਾ, ਉਹਨੇ ਤਾਂ ਇੱਥੇ ਦੂਜੀ ਮੈਰਿਜ ਕੀਤੀ ਆ, ਦੂਜੀ ਮੈਰਿਜ ਹੋ ਗਏ, ਉਹਦਾ ਇੱਕ ਬੱਚਾ ਵੀ ਆ। ਉਹ ਹੁਣ ਸਰ ਤੁਸੀਂ ਆਪ ਦੱਸੋ ਮੈਨੂੰ ਵੀ ਮੇਰੇ ਨਾਲ ਏਡਾ ਵੱਡਾ ਇਹ ਸਾਰੇ ਟੱਬਰ ਨੇ ਰਲ ਕੇ ਗੇਮ ਕੀਤੀ ਆ, ਹੁਣ ਮੈਨੂੰ ਕੋਈ ਇਨਸਾਫ ਮਿਲੇ ਇਹਦਾ। ਸ਼ੁਰੂ 'ਚ ਰਾਜਮੀਤ ਜਦ ਕੈਨੇਡਾ ਗਈ ਤਾਂ ਉਸਨੇ ਆਪਣੇ ਪਤੀ ਹਰਮਿੰਦਰ ਨੂੰ ਵੀ ਉੱਥੇ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਕਈ ਕਾਰਨਾਂ ਦੇ ਕਰਕੇ ਉਸਨੂੰ ਕੈਨੇਡਾ ਦਾ ਵੀਜ਼ਾ ਨਹੀਂ ਮਿਲ ਪਾਇਆ। ਪੜ੍ਹਾਈ ਦੇ 1 ਸਾਲ ਬਾਅਦ ਉਹ ਪੰਜਾਬ ਵਾਪਸ ਆਈ ਤਾਂ ਉਹ ਗਰਭਵਤੀ ਹੋਈ, ਪਰ ਕੈਨੇਡਾ ਜਾਣ ਤੋਂ ਬਾਅਦ ਪਰਿਵਾਰ ਵਾਲਿਆਂ ਦੀ ਸਹਿਮਤੀ ਦੇ ਨਾਲ ਉਸਨੇ ਅਬੋਰਸ਼ਨ ਕਰਵਾ ਲਿਆ ਤੇ ਉੱਥੇ ਦੂਜਾ ਵਿਆਹ ਕਰਵਾ ਲਿਆ,
ਜਦ ਪਤੀ ਹਰਮਿੰਦਰ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਸ ਨਾਲ ਗਾਲੀ ਗਲੋਚ ਕੀਤਾ ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਬਾਅਦ 'ਚ ਉਸਨੇ ਫੋਨ ਨੰਬਰ ਵੀ ਬਲੌਕ ਕਰ ਦਿੱਤਾ। ਬੇਟੇ ਨੂੰ ਮਿਲੇ ਇਸ ਧੋਖੇ ਦੇ ਨਾਲ ਪਰਿਵਾਰ ਕਾਫੀ ਪਰੇਸ਼ਾਨ ਹੈ। ਪਰਿਵਾਰ ਵੱਲੋਂ ਹੁਣ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ। ਅਸੀਂ ਇਨਸਾਫ ਹੀ ਮੰਗਦੇ ਹਾਂ ਜੀ, ਜੋ ਸਾਡਾ ਲੱਗਾ ਲਾਣਾ ਸਾਨੂੰ ਸਾਡਾ ਦੇ ਦੇ, ਜੋ ਮੁੰਡੇ ਦੀ ਜ਼ਿੰਦਗੀ ਦਾ ਬਰਬਾਦ ਕੀਤੀ ਉਹਦਾ ਹਰਜਾਨਾ ਭਰ ਦੇਵੇ ਸਾਨੂੰ। ਹਰਮਿੰਦਰ ਦਾ ਸੁਪਨਾ ਟੁੱਟ ਗਿਆ। ਉਸਦਾ ਸੁਪਨਾ ਕਿਸੇ ਹੋਰ ਨੇ ਨਹੀਂ ਬਲਕਿ ਉਸਦੀ ਖੁਦ ਦੀ ਪਤਨੀ ਨੇ ਤੋੜਿਆ। ਪਤਨੀ ਦੇ ਇਸ ਧੋਖੇ ਦੇ ਨਾਲ ਹਰਮਿੰਦਰ ਸਿੰਘ ਕਾਫੀ ਪਰੇਸ਼ਾਨ ਹੈ ਤੇ ਹੁਣ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਾਈ ਜਾ ਰਹੀ ਹੈ। ਬਟਾਲਾ ਤੋਂ ਬਿਸ਼ੰਬਰ ਬਿੱਟੂ ਦੀ ਰਿਪੋਰਟ, ਨਿਊਜ਼ 18 ਪੰਜਾਬ। ਲੁਧਿਆਣਾ ਦੀ ਹੌਜਰੀ ਤੇ ਟੈਕਸਟਾਈਲ ਇੰਡਸਟਰੀ ਤੇ ਖਤਰੇ ਦੀ ਘੰਟੀ ਮੰਡਰਾ ਰਹੀ ਹੈ। ਇੰਡਸਟਰੀ ਬੰਦ ਹੋਣ ਦੀ ਕਗਾਰ ਤੇ ਹੈ, ਜਿਸ ਤੋਂ ਬਾਅਦ ਲੁਧਿਆਣਾ ਇੰਡਸਟਰੀ ਮਾਲਕਾਂ ਨੇ ਸਵਦੇਸੀ ਵਪਾਰ ਐਸੋਸੀਏਸ਼ਨ ਬਣਾ ਕੇ ਕੇਂਦਰ ਤੱਕ ਆਵਾਜ਼ ਚੱਕਣ ਦਾ ਫੈਸਲਾ ਕੀਤਾ। ਹੌਜਰੀ ਤੇ ਟੈਕਸਟਾਈਲ ਇੰਡਸਟਰੀ ਨੂੰ ਖਤਰਾ, ਬੰਦ ਹੋਣ ਕਾਂਡੇ ਇੰਡਸਟਰੀ ਮਾਲਕਾਂ ਨੇ ਹੱਲ ਦੀ ਕੀਤੀ ਮੰਗ। ਹੁਣ ਤੱਕ ਚੀਨੀ ਲਾਈਟਾਂ, ਖਿਡੌਣੇ ਤੇ ਹੋਰ ਸਮਾਨ ਕਾਰਨ ਦੁਕਾਨਦਾਰ ਪਰੇਸ਼ਾਨ ਹੁੰਦੇ ਵੇਖੇ ਤੇ ਸੁਣੇ ਨੇ, ਪਰ ਹੁਣ ਪੰਜਾਬ ਦੀ ਸਭ ਤੋਂ ਵੱਡੀ ਇੰਡਸਟਰੀ ਹੱਬ ਲੁਧਿਆਣਾ ਦੇ ਹੌਜਰੀ ਤੇ ਟੈਕਸਟਾਈਲ ਇੰਡਸਟਰੀ ਮਾਲਕ ਪਰੇਸ਼ਾਨ ਨੇ, ਜਿਸ ਦੀ ਵਜ੍ਹਾ ਹੈ ਚੀਨ ਤੋਂ ਆਉਣ ਵਾਲੇ ਸਸਤੇ ਕੱਪੜੇ। ਇਹਨਾਂ ਦਾ ਕਹਿਣਾ ਹੈ ਕਿ ਚੀਨੀ ਕੱਪੜਿਆਂ ਦੀ ਵਜ੍ਹਾ ਦੇ ਨਾਲ ਹੌਜਰੀ ਤੇ ਟੈਕਸਟਾਈਲ ਇੰਡਸਟਰੀ ਬੰਦ ਹੋਣ ਦੀ ਕਗਾਰ ਤੇ ਹੈ। ਉਹਦਾ ਮੇਕ ਇਨ ਇੰਡੀਆ ਗੱਲਾਂ ਨਾਲ ਹੀ ਆ ਕਿਤੇ, ਜੇ ਮੇਕ ਇਨ ਇੰਡੀਆ ਕਰਨਾ, ਜਿਹੜੇ ਇੰਨੇ ਲੋਕਾਂ ਨੇ ਇਹ ਰੌਲਾ ਪਾ ਰਹੇ ਆ ਵੀ ਉਹਨਾਂ ਨੂੰ ਘੇਰੋ ਜੀ, ਉਹਨਾਂ ਨੂੰ ਰੋਕੋ ਅਤੇ ਆਪਣੇ ਮੁਲਕ 'ਚ ਮਾਲ ਬਣੇ, ਇੰਡਸਟਰੀ ਨੂੰ ਕੰਮ ਮਿਲੇ, ਵਪਾਰ ਲੇਬਰ ਨੂੰ ਕੰਮ ਮਿਲੇ, ਕੋਈ ਸੁਣਵਾਈ ਹੀ ਨਹੀਂ ਹੋ ਰਹੀ। ਕੁਛ ਅਫਸਰ ਨਾਲ ਮਿਲੇ ਦੇ ਆ ਇਹਨਾਂ ਲੋਕਾਂ ਦੇ, ਜਿਹੜੇ ਲੋਕ ਇਹ 2 ਨੰਬਰ ਦਾ ਕੰਮ ਕਰਦੇ ਆ, ਉਹ ਗੱਲ ਉੱਪਰ ਤੱਕ ਜਾਣ ਹੀ ਨਹੀਂ ਦਿੰਦੇ। ਸਵਦੇਸ਼ੀ ਵਪਾਰ ਐਸੋਸੀਏਸ਼ਨ ਦੇ ਮੁਤਾਬਿਕ 20 ਤੋਂ 25 ਲੱਖ ਲੋਕਾਂ ਦਾ ਰੁਜ਼ਗਾਰ ਹੌਜਰੀ ਦੇ ਨਾਲ ਜੁੜਿਆ ਹੋਇਆ। ਉਦਯੋਗਿਕ ਜਥੇਬੰਦੀਆਂ ਦੇ ਨੁਮਾਇੰਦੇ ਦਿੱਲੀ ਵਿਖੇ ਟੈਕਸਟਾਈਲ ਮੰਤਰੀ ਪਿਊਸ਼ ਗੋਇਲ ਦੇ ਸਣੇ ਕੁਝ ਸੰਸਦ ਮੈਂਬਰਾਂ ਦੇ ਨਾਲ ਮੁਲਾਕਾਤ ਕਰਨਗੇ, ਜਦਕਿ ਇਸ ਤੋਂ ਪਹਿਲਾਂ ਇਹਨਾਂ ਖੁਦ ਨਿੱਜੀ ਹੋਟਲ ਦੇ ਵਿੱਚ ਇੱਕ ਮੀਟਿੰਗ ਕੀਤੀ ਹੈ। ਇਹ ਕਾਨੂੰਨ ਲਾਗੂ ਕਰਤੇ, ਜਿਹੜੇ 2 ਨੰਬਰ 'ਚ ਮਾਲ ਆ ਰਹੇ ਆ ਜਾਂ ਘੱਟ ਟੈਕਸਾਂ ਨਾਲ ਮਾਲ ਆ ਰਿਹਾ ਚਾਈਨਾ ਤੋਂ, ਉਹਦੇ ਨਾਲ ਇੰਡਸਟਰੀ ਬਰਬਾਦ ਹੋ ਰਹੀ ਆ, ਕੰਮਾਂ ਕਾਰਾਂ ਦਾ ਬੁਰਾ ਹਾਲ ਆ। ਅਸੀਂ ਆਪ ਤਾਂ ਜਿੱਥੇ ਤੱਕ ਹੈਗੇ ਹਾਂ, ਸਾਡੀ ਲੇਬਰ ਫੈਕਟਰੀਆਂ 'ਚ ਮੇਰੇ ਖਿਆਲ 30-40% ਅਸੀਂ ਚਲਾ ਰਹੇ ਹਾਂ ਇਸ ਵੇਲੇ ਫੈਕਟਰੀਆਂ। ਇੰਡਸਟਰੀ ਮਾਲਕਾਂ ਦੇ ਮੁਤਾਬਿਕ ਸਿਰਫ ਲੁਧਿਆਣਾ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਹੌਜਰੀ ਅਤੇ ਟੈਕਸਟਾਈਲ ਇੰਡਸਟਰੀ ਪ੍ਰਭਾਵਿਤ ਹੋ ਰਹੀ ਹੈ, ਜਿਸ ਦੇ ਭਵਿੱਖ ਨਤੀਜੇ ਦੇ ਵਜੋਂ ਚੰਗੇ ਨਹੀਂ ਹਨ। ਇਕੱਲੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਲੱਖਾਂ ਲੋਕ ਸਿੱਧੇ ਅਤੇ ਅਸਿੱਧੇ ਤੌਰ 'ਤੇ ਉਦਯੋਗ ਦੇ ਨਾਲ ਜੁੜੇ ਹੋਏ ਨੇ। ਐਸੋਸੀਏਸ਼ਨ ਨੇ ਕੇਂਦਰ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਸਰਕਾਰ ਨੇ ਬਾਂਹ ਨਾ ਫੜੀ ਤਾਂ ਫੈਕਟਰੀਆਂ ਬੰਦ ਕਰਕੇ ਸਰਕਾਰ ਨੂੰ ਚਾਬੀਆਂ ਸੌਂਪ ਦੇਣਗੇ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ, ਨਿਊਜ਼ 18 ਪੰਜਾਬ। ਤੇ ਹੁਣ ਇੱਕ ਧਿਆਨ ਦੇਣ ਵਾਲੀ ਖਬਰ ਸਮਾਣਾ ਤੋਂ, ਜਿੱਥੇ ਪਾਖੜਾ ਨਹਿਰ ਦੇ ਕਿਨਾਰੇ ਕੋਈ ਸੁਰੱਖਿਅਤ ਦੀਵਾਰ ਨਹੀਂ, ਕੋਈ ਐਂਗਲ ਨਹੀਂ ਲੱਗੇ, ਨਹਿਰ ਦੇ ਕਿਨਾਰੇ ਸੜਕ ਹੈ ਤੇ ਸੁਰੱਖਿਆ ਨਾ ਹੋਣ ਕਰਕੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਮਾਣਾ ਦੀ ਪਾਖੜਾ ਨਹਿਰ ਹੈ, ਨਹਿਰ ਦੇ ਕੋਲ ਸੜਕ ਹੈ ਜਿਸ ਤੇ ਰੋਜ਼ਾਨਾ ਹੀ ਹਜ਼ਾਰਾਂ ਹੀ ਲੋਕ ਇੱਥੋਂ ਲੰਘਦੇ ਨੇ। ਨਹਿਰ ਦੇ ਕਿਨਾਰੇ ਕੋਈ ਵੀ ਸੁਰੱਖਿਆ ਕੰਧ ਜਾਂ ਰੇਲਿੰਗ ਨਹੀਂ, ਸੁਰੱਖਿਆ ਵਿਵਸਥਾ ਨਾ ਹੋਣ ਕਰਕੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਪਾਖੜਾ ਨਹਿਰ ਸਮਾਣਾ ਹੁੰਦੇ ਹੋਏ ਹਰਿਆਣਾ ਜਾਂਦੀ ਹੈ, ਜਿੱਥੇ ਨਹਿਰ ਦੇ ਕਿਨਾਰੇ ਸੁਰੱਖਿਆ ਦੀ ਵਿਵਸਥਾ ਕੀਤੀ ਗਈ ਹੈ। ਗੱਡੀ ਚਾਲਕਾਂ ਨੇ ਸਮਾਣਾ 'ਚ ਵੀ ਨਹਿਰ ਦੇ ਕਿਨਾਰੇ ਸੁਰੱਖਿਆ ਕੰਧ ਬਣਾਉਣ ਦੀ ਪ੍ਰਸ਼ਾਸਨ ਨੂੰ ਅਪੀਲ ਕੀਤੀ।
ਇੱਥੋਂ ਅਸੀਂ ਹੌਲੀ ਲੈ ਕੇ ਜਾਂਦੇ ਹਾਂ, ਇਸੇ ਕਰਕੇ ਵੀ ਕੋਈ ਟਾਇਰ ਪਾੜ ਜੇ 100 ਹੋ ਜੇ ਵੀ ਗੱਡੀ ਅੰਦਰ ਨਾ ਜਾਵੇ, ਜੇ ਦੀਵਾਰ ਹੋਵੇ ਤਾਂ ਕੋਈ ਬਚਾਅ ਹੈ? ਹਾਂਜੀ ਹਾਂ, ਦੀਵਾਰ ਹੋਵੇ ਗੱਡੀ ਰੁਕ ਜੂਗੀ, ਵੱਜ ਕੇ ਗੱਡੀ ਰੁਕ ਵੱਜੂਗੀ, ਹੋਰ ਤਾਂ ਕੁਛ ਨਹੀਂ ਹੁੰਦਾ। ਪੂਰੀ ਰੇਡਿੰਗ ਲੰਬੀ ਚੀਜ਼ ਜੀ ਘੱਟੋ ਘੱਟ, ਤਾਂ ਕਿ ਸਾਈਡ 'ਤੇ ਜਿਹੜੀ ਹੈਗੀ ਗੱਡੀ ਗੁੱਡੀ ਕੋਈ ਕੱਲ੍ਹ ਪਹਾੜਾਂ 'ਚ ਨਾ ਗਿਰ ਜੇ, ਸੇਫਟੀ ਬਹੁਤ ਜ਼ਰੂਰੀ ਹੈ। ਪਹਿਲੇ ਵੀ ਹਾਦਸੇ ਟਰੈਵਲਿੰਗ ਹੁੰਦੀ ਹੈ ਨਾ, ਤਾਂ ਇੱਕ ਸਾਈਡ 'ਤੇ ਕੋਈ ਉੱਧਰੋਂ ਬਾਈਕ ਚਲਾ ਰਹੀ ਤਾਂ ਐਂ ਲੱਗਦਾ ਵੀ ਗੱਡੀ ਜਾਂ ਨਦੀ 'ਚ ਜਾ ਸਕਦੀ, ਇਸ ਕਰਕੇ ਰਾਤ ਦਾ ਹਨੇਰਾ ਧੁੰਦ ਬਹੁਤ ਜ਼ਿਆਦਾ ਖਤਰਨਾਕ ਹੈ ਜੀ। ਨੁਕਸਾਨ ਹੀ ਨੁਕਸਾਨ ਹੈ, ਹੁਣ ਉਹ ਟੈਂਪੂ ਗਿਰਿਆ ਸੀਗਾ ਖਨੌਰੀ, ਦੇਖਿਆ ਸਿਲੰਡਰ ਵਾਲਾ, ਉਹ ਡਰਾਈਵਰ ਦਾ ਪਤਾ ਨਹੀਂ ਵਿਚਾਰੇ ਦਾ ਕੱਲ੍ਹ ਇੱਥੇ ਆਇਆ ਕਿ ਨਹੀਂ ਇੱਥੇ ਆਏਗਾ, ਹੁਣ ਸਿਲੰਡਰ ਸਾਰੇ ਰੁੜ ਗਏ, ਉਹਦਾ ਨੁਕਸਾਨ। ਜੇ ਦੀਵਾਰ ਹੋਵੇ ਫਿਰ ਬਚਾਅ ਹੈ, ਇਹ ਤਾਂ ਬਚਾਅ ਹੀ ਹੈ। ਪਿਛਲੇ ਦਿਨੀ ਸੰਗਰੂਰ 'ਚ ਸਿਲੰਡਰ ਨਾਲ ਭਰਿਆ ਟਰੱਕ ਨਹਿਰ 'ਚ ਡਿੱਗ ਗਿਆ, ਇਸ ਘਟਨਾ 'ਚ ਚਾਲਕ ਅਜੇ ਵੀ ਲਾਪਤਾ ਹੈ, ਜਿਸ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਦੇ ਚੱਲਦਿਆਂ ਸਥਾਨਕ ਲੋਕਾਂ ਨੇ ਨਹਿਰ ਦੇ ਕਿਨਾਰੇ ਰੇਲਿੰਗ ਲਗਾਉਣ ਦੇ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ। ਦੇਖੋ ਲੋਕ ਮੰਗ ਕਰ ਰਹੇ ਹੈ ਲਗਾਤਾਰ ਵੀ ਜਿਹੜੇ ਬਾਗੜਾ ਨਹਿਰ ਖਾਸ ਤੌਰ 'ਤੇ ਸਮਾਣੇ ਦੇ ਲੈ ਕੇ ਗੜੀ ਸਾਹਿਬ ਤੱਕ ਜਾ ਰਹੀ ਹੈ, ਇਸ ਦੇ ਨਾਲ ਸੁਰੱਖਿਆ ਦੀਵਾਰ ਹੋਣੀ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਖਰੌਲੀ ਦੇ ਨਜ਼ਦੀਕ ਸਤਰਾਣਾ ਨੇੜੇ ਇੱਕ ਗੈਸ ਸਿਲੰਡਰ ਕੀ ਗੱਡੀ ਗਿਰ ਗਈ, ਬੱਸਾਂ ਗਿਰ ਜਾਂਦੀਆਂ, ਕਾਰਾਂ ਗਿਰ ਜਾਂਦੀਆਂ, ਇਹ ਸੁਰੱਖਿਆ ਦੀਵਾਰ ਖਾਸ ਕਰ ਸ਼ਹਿਰੀ ਇਲਾਕੇ ਦੇ ਵਿੱਚ ਤਾਂ ਬਿਲਕੁਲ ਹੋਣੀ ਜ਼ਰੂਰੀ ਹੈ, ਤਾਂ ਕਿ ਕੋਈ ਵੱਡਾ ਹਾਦਸਾ ਨਾ ਹੋਵੇ। ਹੁਣ ਸਿੰਚਾਈ ਵਿਭਾਗ ਗਿਆ, ਪ੍ਰਸ਼ਾਸਨ ਕਦੋਂ ਇਸ ਨਹਿਰ ਦੇ ਨਾਲ ਦੀਵਾਰ ਬਣਾਉਂਦਾ ਇਸ ਸਮੇਂ ਦੱਸੇਗਾ। ਕੈਮਰਾਮੈਨ ਬੀਕੇ ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਸਮਾਣਾ। ਤੇ ਖਬਰ ਹੈ ਜਨਾਲਾ ਤੋਂ, ਜਿੱਥੇ 23 ਸਾਲਾ ਇੱਕ ਨੌਜਵਾਨ ਲਾਪਤਾ ਹੋਇਆ। 2 ਹਫ਼ਤੇ ਲੰਘਣ ਤੋਂ ਬਾਅਦ ਵੀ ਇਸ ਨੌਜਵਾਨ ਦਾ ਕੋਈ ਪਤਾ ਨਹੀਂ ਚੱਲਿਆ। ਮਾਤਾ ਪਿਤਾ ਗੁੰਮਸ਼ੁਦਾ ਬੇਟੇ ਦੀ ਤਲਾਸ਼ ਲਈ ਪੁਲਿਸ ਨੂੰ ਗੁਹਾਰ ਲਾ ਰਹੇ ਨੇ। ਮਜਬੂਰ ਅਤੇ ਬੇਬਸ ਪਰਿਵਾਰ, ਜਵਾਨ ਪੁੱਤ ਦੇ ਲਾਪਤਾ ਹੋਣ ਤੋਂ ਬਾਅਦ ਮਾਂ ਪਿਓ ਤੇ ਦੁੱਖਾਂ ਦਾ ਪਹਾੜ ਟੁੱਟਿਆ। ਪਿਛਲੇ 2 ਹਫ਼ਤਿਆਂ ਤੋਂ ਪੀੜਤ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪਰਿਵਾਰ ਦੇ ਮੁਤਾਬਿਕ ਨਾ ਪ੍ਰਸ਼ਾਸਨ ਸਾਰ ਲੈ ਰਿਹਾ ਤੇ ਨਾ ਹੀ ਪੁਲਿਸ। ਅਜਨਾਲਾ ਦਾ ਇਹ ਪਰਿਵਾਰ ਪਿਛਲੇ 2 ਹਫ਼ਤਿਆਂ ਤੋਂ ਇਸ ਤਰੀਕੇ ਆਪਣੇ ਗੁੰਮਸ਼ੁਦਾ ਪੁੱਤ ਦੀ ਭਾਲ ਕਰ ਰਿਹਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ 18 ਜਨਵਰੀ ਨੂੰ ਦੋਸਤ ਦੀ ਬਰਥਡੇ ਪਾਰਟੀ ਦੇ ਵਿੱਚ ਪੁੱਤ ਗਿਆ ਸੀ ਪਰ ਹੁਣ ਤੱਕ ਵਾਪਸ ਨਹੀਂ ਆਇਆ। ਕੋਈ ਗੱਲਬਾਤ ਨਹੀਂ, 5 ਵਜੇ ਗਿਆ, ਹੈਪੀ ਬਰਥਡੇ ਤੇ ਗਿਆ, ਕੋਈ ਲੜਿਆ ਨਹੀਂ, ਕੋਈ ਝਗੜਿਆ ਨਹੀਂ, ਕਈ ਹੋਏ ਆ ਕੇ ਗਿਆ, ਮੈਂ ਹੈਪੀ ਬਰਥਡੇ ਤੇ ਚੱਲੀ ਹਾਂ, ਬਸ ਘੁੰਮ ਕੇ ਵਾਪਸ ਹੱਸਦਾ ਖੇਡਦਾ ਗਿਆ, ਮੁੜ ਕੇ ਵਾਪਸ ਨਹੀਂ ਆਇਆ। ਕਿਹਦੇ ਬਰਥਡੇ ਤੇ ਗਿਆ, ਦੱਸਿਆ ਨਾ ਕੁਛ? ਨਾ, ਕੁਛ ਨਹੀਂ ਦੱਸ ਕੇ ਗਿਆ ਸਾਨੂੰ। ਨਹੀਂ ਪਹਿਲਾਂ ਵੀ ਜਾਂਦਾ ਕਦੇ? ਹਾਂਜੀ, ਜੋ ਪਹਿਲਾਂ ਵੀ ਜਾਂਦਾ ਸੀ ਆ ਜਾਂਦਾ ਸੀ ਵਾਪਸ, ਮੁੜ ਕੇ ਹੁਣ ਨਹੀਂ ਜਾ ਰਿਹਾ, ਨਹੀਂ ਆਇਆ। ਹੈਪੀ ਬਰਥਡੇ ਤੇ ਗਿਆ, ਇੱਥੋਂ ਸ਼ਾਮੀ ਸਾਨੂੰ 5 ਵਜੇ ਦੱਸ ਕੇ ਗਿਆ, ਮੈਂ ਹੈਪੀ ਬਰਥਡੇ ਤੇ ਚੱਲਿਆ, ਮੇਰੇ ਯਾਰ ਦਾ ਹੈਪੀ ਬਰਥਡੇ ਆ, ਅਤੇ ਅਸੀਂ ਆਖਿਆ ਚੱਲ ਹੋ ਗਏ ਤੇ ਆ ਜਾਈ ਛੇਤੀ, ਅਤੇ ਮੁੜ ਕੇ ਗਿਆ ਅਤੇ ਮੁੜ ਕੇ ਆਇਆ ਹੀ ਨਹੀਂ ਉਸ ਦਿਨ ਤੋਂ। ਅਸੀਂ ਜਿਉਂ ਉਡੀਕਦੇ ਰਹੇ, ਜਿਉਂ ਉਡੀਕਦੇ ਰਹੇ, ਮੁੜ ਕੇ ਰਿਸ਼ਤੇਦਾਰਾਂ ਦੇ ਲੱਭਣ ਡੇ ਪਏ, ਮੁੜ ਕੇ ਗੁਰਦੁਆਰਿਆਂ 'ਚ ਲੱਭਣ ਡੇ ਪਏ, ਅਤੇ ਅਜੇ ਅੱਜ ਤੱਕ ਨਹੀਂ ਮਿਲਣੇ, ਕੋਈ ਸੁਨਾਹ ਪਤਾ ਮਿਲ ਹੀ ਨਹੀਂ ਸਕਿਆ ਸਾਨੂੰ। ਪੀੜਤ ਪਰਿਵਾਰ ਨੇ ਬੇਟੇ ਦੀ ਗੁੰਮਸ਼ੁਦਗੀ ਦੀ ਪੁਲਿਸ 'ਚ ਸ਼ਿਕਾਇਤ ਕਰਾਈ, ਤਾਂ ਵੇਖਣਾ ਹੋਏਗਾ ਕਿ ਕਦੋਂ ਪਰਿਵਾਰ ਦੀ ਭਾਲ ਪੂਰੀ ਹੁੰਦੀ ਹੈ। ਅਜਨਾਲਾ ਤੋਂ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।